ਭਾਈ ਭਾਈ ਜੀ ਫੋਨ ਵੱਜ ਰਿਹਾ ਤੁਹਾਡਾ। ਯਾਰ ਫੋਨ ਕਿਉਂ ਨਹੀਂ ਚੱਕਦਾ? ਮੈਨੂੰ ਲੱਗਦਾ ਉਹ ਪਬਜੀ ਖੇਡਦਾ ਹੋਣਾ। ਕੋਈ ਨਹੀਂ, ਮੈਂ ਕਰਾਉਣੀ ਹੈ ਇਹਦੀ ਪਬਜੀ ਬੰਦ। ਪੂਰੇ 40 ਸਾਲ ਤੋਂ ਦਾਦਾ ਫਿਰ ਡੈਡ, ਹੁਣ ਮੇਰੀ ਵਾਰੀ ਆ। ਲਾ ਨਾ ਸਿਖਾ ਤਾਰਾ ਕੱਲੀ ਕੱਲੀ ਪਤਾ, ਤੈਨੂੰ ਜੱਟੀ ਜ਼ਿੰਦਗੀ ਦਾ ਕੇਸ ਹਾਰੀ ਆ। ਯਾਰਾਂ ਵਿੱਚ ਬੈਠਾ ਚੱਕੂ ਸਣੇ ਅਸਲੇ, ਫੈਸਲਾ ਮੈਂ ਪਹਿਲਾਂ ਹੀ ਸੁਣਾ ਦਿੰਨੀ ਆ। ਸਰਕਾਰ ਜੁੱਤੀ ਵਾਲੀ ਲੋਕ ਤੇ ਉਹ ਹਰ ਕੰਧ ਫੈਰਨੀ ਦੀ ਪੋਲੀ ਜੱਟੀਏ, ਖੋਲ ਦਿੰਦੇ ਫੈਰ ਨਿੱਕੀ ਮੋਟੀ ਚੋਕ ਤੇ। ਬੁੜਤੀ ਚ ਕੰਧ ਕਪਟਾਸ ਚੱਟ ਦੇ, ਸਾਨ ਪੋਣਾ ਜੱਟਾਂ ਵਿੱਚੋਂ ਕਿੱਥੇ ਟਲਦਾ। ਓਏ ਨਾਲਾਂ ਦੀਆਂ ਕਰਦਾ ਨਾ ਚਾਪ ਲੂਸੀਆਂ ਨੀ, ਜਿਹੜਾ ਜੱਟ ਦੇ ਸਰੀਰ ਚੋਂ ਬਲੱਡ ਚੱਲਦਾ। ਨਾਲਾਂ ਦੀਆਂ ਕਰਦਾ ਨਾ ਚਾਪ ਲੂਸੀਆਂ ਨੀ, ਜਿਹੜਾ ਜੱਟ ਦੇ ਸਰੀਰ ਚੋਂ ਬਲੱਡ ਚੱਲਦਾ। ਪੰਜ ਪਿੰਡ ਟੱਚ ਕਰਦੀ ਜ਼ਮੀਨ ਨੀ, ਉਹ ਵੈਲੀਆਂ ਦੇ ਲਈ ਜੱਟ ਪੀਰ ਵਰਗਾ, ਅੱਲੜਾਂ ਦੇ ਲਈ ਸਿਰੇ ਦਾ ਸ਼ਕੀਨ ਨੀ। ਸਨ ਰੂਪ ਖੋਲ ਕੇ ਨਾ ਬੱਕਰੇ ਬਲਾਵਾਂ, ਸ਼ੇਰਾ ਮੁੱਲ ਸਦਾ ਪੈਂਦਾ ਖਾੜਿਆਂ ਚ ਮੱਲਦਾ। ਓਏ ਨਾਲਾਂ ਦੀਆਂ ਕਰਦਾ ਨਾ ਚਾਪਲੂਸੀਆਂ ਨੀ, ਜਿਹੜਾ ਜੱਟ ਦੇ ਸਰੀਰ ਚੋਂ ਬਲੱਡ ਚੱਲਦਾ। ਨਾਲਾਂ ਦੀਆਂ ਕਰਦਾ ਨਾ ਚਾਪਲੂਸੀਆਂ ਨੀ, ਜਿਹੜਾ ਜੱਟ ਦੇ ਸਰੀਰ ਚੋਂ ਬਲੱਡ ਚੱਲਦਾ। ਓਏ ਜਿੱਦੀ, ਐ ਕਿਉਂ ਕਰਦਾ? ਮੰਨ ਜਾਣਾ ਯਾਰ, ਤੇ ਫਿਰ ਇਦਾਂ ਪਿਆਰ ਨਾ ਕਹਿਣਾ। ਇਦਾਂ ਤਾਂ ਨਹੀਂ ਮੰਨਦਾ ਮੈਂ, ਨਾਲੇ ਜਦੋਂ ਮੈਂ ਪਬਜੀ ਖੇਡਦਾ ਹੋਵਾਂ, ਮੈਨੂੰ ਕੋਈ ਡਿਸਟਰਬ ਕਰੇ ਮੈਨੂੰ ਚੰਗਾ ਨਹੀਂ ਲੱਗਦਾ। ਕਰਦਾ ਨਾ ਚਾਪਲੂਸੀਆਂ ਨੀ, ਜਿਹੜਾ ਜੱਟ ਦੇ ਸਰੀਰ ਚੋਂ ਬਲੱਡ ਚੱਲਦਾ।